ਸਤਿ ਸ਼੍ਰੀ ਅਕਾਲ ਜੀ, ਮੈਂ ਜਸਵਿੰਦਰ ਪਾਲ, ਸ਼ਾਨ ਪੰਜਾਬੀ ਚੈਨਲ 'ਤੇ ਤੁਹਾਡਾ ਸਵਾਗਤ ਕਰਦਾ ਅਤੇ ਗੱਲ ਕਰਦੇ ਹਾਂ ਪੰਜਾਬ ਦੀਆਂ ਦੋ ਵੱਡੀਆਂ ਖ਼ਬਰਾਂ 'ਤੇ। ਜੀ ਹਾਂ, ਇੱਕ ਲੋਕਾਂ ਨੂੰ ਟੈਨਸ਼ਨ 'ਚ ਪਾਉਣ ਵਾਲੀ ਹੈ, ਦੂਜੀ ਸਰਕਾਰ ਨੂੰ ਟੈਨਸ਼ਨ 'ਚ ਪਾਉਣ ਵਾਲੀ ਖ਼ਬਰ ਹੈ। ਖ਼ਬਰ ਹੈ ਰਾਜਾ ਵੜਿੰਗ ਨਾਲ ਜੁੜੀਆਂ ਹੋਈਆਂ ਇਹ ਦੋ ਖ਼ਬਰਾਂ। ਪਹਿਲੀ ਖ਼ਬਰ ਇਹ ਹੈ ਕਿ ਜੋ ਸਭ ਤੋਂ ਵੱਡੀ ਚਿੰਤਾ ਆਮ ਲੋਕਾਂ ਨੂੰ ਹੈ, ਕਿਉਂਕਿ ਕੱਲ੍ਹ ਯਾਨੀ 7 ਦਸੰਬਰ ਨੂੰ ਪੰਜਾਬ ਅੰਦਰ 2100 ਸਰਕਾਰੀ ਬੱਸਾਂ ਦਾ ਪਹੀਆ ਜਾਮ ਰਹੇਗਾ। ਨਾਲ ਦੂਜੀ ਖ਼ਬਰ ਇਹ ਵੀ ਹੈ ਕਿ ਹਾਈ ਕੋਰਟ ਨੇ ਰਾਜਾ ਵੜਿੰਗ ਨੂੰ ਯਾਨੀ ਕਿ ਪੰਜਾਬ ਟਰਾਂਸਪੋਰਟ ਵਿਭਾਗ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ, ਉਹ ਵੀ ਨਿੱਜੀ ਬੱਸਾਂ ਨੇ। ਪਹਿਲਾਂ ਗੱਲ ਕਰਦੇ ਹਾਂ ਕਿਉਂਕਿ ਲੋਕਾਂ ਨਾਲ ਜਿਹੜੀ ਜੁੜੀ ਹੋਈ ਖ਼ਬਰ ਹੈ ਉਹ ਹੈ 7 ਦਸੰਬਰ ਦੀ। ਜੀ ਹਾਂ, PRTC ਅਤੇ ਪਨਬੱਸ ਦੇ ਕੱਚੇ ਕਰਮਚਾਰੀ ਇੱਕ ਵਾਰੀ ਫੇਰ ਸੜਕਾਂ 'ਤੇ ਉਤਰ ਸਕਦੇ ਨੇ, ਕਿਉਂਕਿ ਕੱਲ੍ਹ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਅਤੇ ਅੱਜ ਵੀ ਇੱਕ ਮੀਟਿੰਗ ਹੋਈ ਹੈ ਇਹਨਾਂ ਕਰਮਚਾਰੀਆਂ ਦੀ, ਕਿ ਕਿਉਂਕਿ ਇਹ ਕਰਮਚਾਰੀ ਗੁੱਸੇ ਵਿੱਚ ਨੇ। ਗੁੱਸੇ 'ਚ ਕਿਉਂ ਨੇ, ਇਹ ਬਹੁਤ ਵੱਡਾ ਸਵਾਲ ਹੈ। ਜੀ ਹਾਂ, ਸਵਾਲ ਤਾਂ ਤੁਹਾਨੂੰ ਆਪ ਵੀ ਜਾਣਦੇ ਹੀ ਹੋਵੋਗੇ। 3 ਦਸੰਬਰ ਨੂੰ ਪਹਿਲਾਂ ਪਹੀਆ ਜਾਮ ਹੋਇਆ ਸੀ, 2 ਘੰਟੇ ਲਈ ਹੜਤਾਲ ਵੀ ਕੀਤੀ ਸੀ ਇਹਨਾਂ ਕਰਮਚਾਰੀਆਂ, ਕਿਉਂਕਿ ਇਹਨਾਂ ਦੀ ਮੰਗ ਸੀ ਕਿ ਸਰਕਾਰ ਇਹਨਾਂ ਨੂੰ ਕੱਚਿਆਂ ਨੂੰ ਪੱਕਾ ਕਰੇ, ਅਤੇ ਸਰਕਾਰ ਮੰਨ ਵੀ ਗਈ ਸੀ। ਪਰੰਤੂ ਇਸ ਦੌਰਾਨ ਇੱਕ ਚੀਜ਼ ਰਾਜਾ ਵੜਿੰਗ ਨੇ, ਜੋ ਕਿ ਟਰਾਂਸਪੋਰਟ ਮੰਤਰੀ ਨੇ, ਇੱਕ ਵੱਡਾ ਫੈਸਲਾ ਲਿਆ। ਫੈਸਲਾ ਇਹ ਲਿਆ ਕਿ ਜਿਹੜੇ 3 ਤਰੀਕ ਨੂੰ ਕਰਮਚਾਰੀ ਹੜਤਾਲ ਵਿੱਚ ਸ਼ਾਮਿਲ ਸੀ, ਉਹਨਾਂ ਵਿਰੁੱਧ FIR ਦਰਜ ਕੀਤੀ ਜਾਏਗੀ। ਉਸ ਤੋਂ ਬਾਅਦ FIR ਦਰਜ ਵੀ ਹੋਈ ਅਤੇ ਕਈਆਂ ਨੂੰ ਇਸ ਦਾ ਨੋਟਿਸ ਵੀ ਦਿੱਤਾ ਗਿਆ। ਜਦੋਂ ਨੋਟਿਸ ਮਿਲਿਆ ਤਾਂ ਇਹ ਕਰਮਚਾਰੀ ਭੜਕ ਗਏ ਅਤੇ ਅੱਜ ਇਹਨਾਂ ਨੇ 27 ਡਿਪੂਆਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਹੈ, ਜਿਹਦੇ ਵਿੱਚ 27 ਔਰਗਨਾਈਜੇਸ਼ਨ ਦੇ ਪ੍ਰਧਾਨ ਵੀ ਸ਼ਾਮਿਲ ਹੋਏ, ਜਿਨ੍ਹਾਂ ਨੇ ਮਿਲ ਕੇ ਇਹ ਫੈਸਲਾ ਲਿਆ ਕਿ 7 ਦਸੰਬਰ ਨੂੰ ਇੱਕ ਪਹੀਆ ਜਾਮ ਸ਼ੁਰੂ ਕਰ ਦਿੱਤਾ ਜਾਵੇ। ਇਹ ਅਣਮਿੱਥੇ ਸਮੇਂ ਲਈ ਪਹੀਆ ਜਾਮ ਰਹੇਗਾ ਅਤੇ ਜਿਸ ਨਾਲ ਤੁਹਾਡੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ 2100 ਬੱਸਾਂ, ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਅਤੇ ਆਮ ਲੋਕਾਂ ਨੂੰ ਇਸ ਪ੍ਰਤੀ ਦੇਖਣਾ ਪਵੇਗਾ, ਇੱਕ ਪਰੇਸ਼ਾਨੀ ਦਾ ਸਬਬ ਬਣਨਾ ਪਵੇਗਾ। ਇਸ ਦੇ ਨਾਲ ਹੀ ਦੂਜੀ ਖ਼ਬਰ ਦੀ ਗੱਲ ਕਰਦੇ ਹਾਂ। ਦੂਜੀ ਖ਼ਬਰ ਇਹ ਹੈ ਕਿ ਅੱਜ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਰਾਜਾ ਵੜਿੰਗ ਨੂੰ ਅਤੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਗੱਲ ਕਹੀ ਹੈ ਕਿ ਜਿਹੜੇ ਨਿੱਜੀ ਬੱਸਾਂ ਦੇ ਪਰਮਿਟ ਸਰਕਾਰ ਨੇ ਰੱਦ ਕੀਤੇ ਸੀ ਉਹ ਰੱਦ ਨਹੀਂ ਹੋਣਗੇ, ਉਹਨਾਂ ਨੂੰ ਮੁੜ ਬਹਾਲ ਕਰਨਾ ਪਏਗਾ। ਅਤੇ ਸਰਕਾਰ ਦੇ ਇਸ ਫੈਸਲੇ ਨੂੰ ਉਹਨਾਂ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਇਹ ਤੁਹਾਡੇ ਜਿਹੜਾ ਪਰਮਿਟ ਰੱਦ ਕਰਨ ਦਾ ਫੈਸਲਾ ਹੈ, ਅਸੀਂ ਉਸਨੂੰ ਰੱਦ ਕਰਦੇ ਹਾਂ, ਕਿਉਂਕਿ ਇਸ ਪਿੱਛੇ ਜਿਹੜੀ ਮਨਸ਼ਾ ਹੈ ਉਹ ਮਨਸ਼ਾ ਕੁਝ ਹੋਰ ਹੈ। ਜੇ ਗੱਲ ਕਰੀਏ ਇਸ ਮਾਮਲੇ 'ਚ ਨਿੱਜੀ ਬੱਸਾਂ ਦੇ ਵਕੀਲ ਪੁਨੀਤ ਦੀ, ਜੋ ਕਿ ਵਕੀਲ ਨੇ ਪੁਨੀਤ ਵਾਲੀ, ਉਹਨਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਉਹਨਾਂ ਵੱਲੋਂ ਜਿਹੜੀ ਦਲੀਲ ਦਿੱਤੀ ਗਈ ਸੀ ਉਹ ਦਲੀਲ ਸੀ ਕਿ ਇਹ ਜਾਂ ਤਾਂ ਰਾਜਨੀਤੀ ਰੰਜਿਸ਼ ਦਾ ਕਾਰਨ ਹੈ, ਕਿਉਂਕਿ ਜਿਹੜੀਆਂ ਦਾ ਨਿਊ ਦੀਪ ਅਤੇ ਦੂਸਰੀ ਜਿਹੜੀ ਔਰਬਿਟ ਬੱਸਾਂ ਨੇ ਉਹਨਾਂ ਦਾ ਸੰਬੰਧ ਅਕਾਲੀ ਦਲ ਨਾਲ ਹੈ ਅਤੇ ਇਹ ਇੱਕ ਦੂਜੇ ਦੇ ਖਿਲਾਫ ਇਲੈਕਸ਼ਨਾਂ 'ਚ ਲੜਦੇ ਵੀ ਨੇ। ਰਾਜਾ ਵੜਿੰਗ ਨੇ ਇਸ ਨੂੰ ਬਦਲ ਖੋਰੂ ਭਾਵਨਾ ਨਾਲ ਜੋੜ ਕੇ ਇਹ ਕਾਰਵਾਈ ਕੀਤੀ ਹੈ, ਜਦਕਿ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਇਹ ਖਜ਼ਾਨੇ ਖਾਲੀ ਕਰਨ ਦਾ ਵੀ ਮਾਧਿਅਮ ਨੇ, ਕਿਉਂਕਿ ਇਹ ਟੈਕਸਾਂ ਦੀ ਪੂਰਤੀ ਨਹੀਂ ਕਰਦੇ, ਇਹਦੇ ਵਿੱਚ ਗੜਬੜੀ ਕਰਦੇ ਨੇ। ਜਦਕਿ ਦੂਜੇ ਪਾਸੇ ਇਸ ਵਿਰੋਧੀ ਦਲ ਦੀ ਗੱਲ ਕੀਤੀ ਜਾਵੇ, ਨਿੱਜੀ ਜਿਹੜੇ ਬੱਸਾਂ ਦੇ ਮਾਲਕ ਨੇ ਉਹਨਾਂ ਨੇ ਗੱਲ ਕੀਤੀ ਸੀ ਕਰੋਨਾ ਟਾਈਮ ਉਹਨਾਂ ਨੂੰ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਸੀ ਕਿ ਜਿਸ ਵਿੱਚ ਜਿਹੜੀ ਟੈਕਸ ਦੀ ਪੂਰਤੀ ਹੈ ਉਹ ਉਸਨੂੰ ਛੋੜ ਦਿੱਤੀ ਗਈ ਸੀ, ਪਰ ਹੁਣ ਰਾਜਾ ਵੜਿੰਗ ਉਸ ਨੂੰ ਬਹਾਨਾ ਬਣਾ ਕੇ ਉਹਨਾਂ ਵਿਰੁੱਧ ਕਾਰਵਾਈ ਕਰ ਰਹੇ ਸਨ। ਅਤੇ ਜਦੋਂ ਹਾਈ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ ਤਾਂ ਉਹਨਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਇਹ ਦੋਵੇਂ ਹਲਚਲਾਂ ਤੇਜ਼ ਨੇ ਅਤੇ ਜਿਹੜੀ ਕੱਲ੍ਹ ਜਾਣੀ ਕਿ 7 ਦਸੰਬਰ ਨੂੰ ਪਹੀਆ ਜਾਮ ਹੋਣਾ, ਇਸ ਬਾਰੇ ਤੁਹਾਡੀ ਕੀ ਰਾਏ ਹੈ, ਇਸ ਬਾਰੇ ਕਮੈਂਟ ਕਰਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੁਸੀਂ ਦੇਖਦੇ ਰਹੋ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।